ਜਿਵੇਂ ਨਿਤਨੇਮ ਸਾਹਿਬ ਦੀ ਬਾਣੀ, ਜਿਵੇਂ ਨਿਤਨੇਮ ਦੀ ਸਵੇਰੇ ਬਾਣੀ ਪੜ੍ਹੀ ਦੀ ਆ ਜਪਜੀ ਸਾਹਿਬ, ਮੂਲ ਮੰਤਰ ਸੰਬੰਧੀ ਬੜੇ ਸੰਸੇ ਆ। ਕੋਈ ਕਹਿੰਦਾ ਜੀ ਗੁਰਪ੍ਰਸ਼ਾਦ ਤੱਕ, ਕੋਈ ਨਾਨਕ ਉਸ ਭੀ ਤੱਕ। ਇਹ ਲੜਾਈਆਂ ਕਿਉਂ ਆ, ਇਹ ਸੰਸੇ ਕਿਉਂ ਆ, ਬਹਿਸ ਕਿਉਂ? ਕਿਉਂਕਿ ਅਸੀਂ ਬਾਣੀ ਪੜ੍ਹਦੇ ਹਾਂ, ਰੱਟੇ ਮਾਰਦੇ ਹਾਂ, ਵਿਚਾਰਦੇ ਨਹੀਂ ਹਾਂ। ਜੇ ਅਸੀਂ ਵਿਚਾਰ ਕਰਨ ਲੱਗ ਪਈਏ, ਫਿਰ ਸਾਨੂੰ ਇਹ ਗੱਲ ਦੀ ਸਮਝ ਆ ਜਾਣੀ ਆ ਕਿ ਗੁਰਬਾਣੀ ਸਮਝਣ ਵਾਸਤੇ ਆ। ਚਾਹੇ ਗੁਰਪ੍ਰਸਾਦ ਤੱਕ ਪੜ੍ਹ ਜਾਈਏ, ਚਾਹੇ ਨਾਨਕ ਹੋਸੇ ਭੀ ਤੱਕ, ਜੇ ਸਮਝ ਆ ਗਈ ਤਾਂ ਫਿਰ ਇਹ ਲੜਾਈ ਨਹੀਂ ਰਹਿਣੀ। ਕਿਉਂਕਿ ਅਸੀਂ ਦੂਜਿਆਂ ਨੂੰ ਸਿੱਖਿਆ ਇਹੋ ਦਿੰਦੇ ਵੀ 101 ਕਰ ਲਾ, 100 ਕਰ ਲਾ, 108 ਕਰ ਲਾ। ਗੱਲ ਇਹ ਨਹੀਂ ਨਹੀਂ ਬਾਣੀ ਪੜ੍ਹਨੀ ਚਾਹੀਦੀ, ਜਿੰਨੀ ਮਰਜ਼ੀ ਪੜ੍ਹੋ, ਪਰ ਜਿੰਨਾ ਚਿਰ ਬਾਣੀ ਪੜ੍ਹਦੇ ਜੇ, ਜਿਹੜੇ ਅੱਖਰਾਂ ਨੂੰ ਪੜ੍ਹਨ ਦੇ ਜੇ, ਉਹਨਾਂ ਦਾ ਮਤਲਬ ਪਤਾ ਹੋਣਾ ਚਾਹੀਦਾ। ਪਿੱਛੇ ਜੇ ਇੱਕ ਗਾਣਾ ਵੀ ਆਇਆ ਸੀ ਟਿਕਟੋਕ ਦੇ, ਸਾਰਿਆਂ ਵੀਡੀਓ ਬਣਾਈ, ਉਹਦੇ ਗਾਣੇ ਦੇ ਲਫ਼ਜ਼ ਅਲਫਾਜ਼ ਸੀ ਇੰਗਲਿਸ਼ ਵਿੱਚ ਐਡੇ ਗੰਦੇ ਸੀ ਨਾ, ਉਹ ਬੜੀਆਂ ਬੀਬੀਆਂ ਨੇ ਵੀ ਵੀਡੀਓ ਬਣਾਈ ਉੱਤੇ, ਭਾਈਆਂ ਨੇ ਵੀ, ਜਿੱਥੇ ਬਣਾਉਣੀ ਨਹੀਂ ਚਾਹੀਦੀ। ਫਿਰ ਕਿਸੇ ਨੇ ਉੱਤੇ ਮਤਲਬ ਲਿਖ ਕੇ ਪਾਏ ਵੀ ਇਹਦਾ ਆਹ ਮਤਲਬ ਆ। ਕਾਰਨ ਕੀ ਸੀ ਬਣਾਈ? ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ, ਸਿਰਫ ਉਹਦੀਆਂ ਆਵਾਜ਼ਾਂ ਸੁਣੀਆਂ ਅਤੇ ਬਣਾ ਦਿੱਤੀ ਵੀ ਬਾਹਰ ਲੰਦੀ ਆ। ਕਿਸੇ ਵੀ ਚੀਜ਼ ਦਾ ਕੋਈ ਗੁਰਬਾਣੀ ਸਾਨੂੰ ਮਹਾਂਪੁਰਸ਼ਾਂ ਦੀ ਦਿੱਤੀ ਆ, ਉਹਦਾ ਕੋਈ ਮਤਲਬ ਆ, ਉਹ ਸਾਨੂੰ ਕੋਈ ਸਮਝਾਉਣਾ ਕਾਂਢੀ। ਜਿਵੇਂ ਮੂਲ ਮੰਤਰ ਸਾਹਿਬ ਦੀ ਵਿਚਾਰ ਕਰੀਏ, ਜੇ ਸਭ ਤੋਂ ਪਹਿਲਾ ਅਲਫਾਜ਼ ਹੈ ਇੱਕ ਓਅੰਕਾਰ, ਸਾਰੇ ਪੜ੍ਹ ਲੈਂਦੇ, ਸਾਰਿਆਂ ਨੂੰ ਪਤਾ ਪਰਮਾਤਮਾ ਇੱਕ ਆ, ਪਰ ਸਿਰਫ ਦੁਨੀਆ ਦੇ ਉੱਤੇ ਇੱਕੋ ਇੱਕ ਕੌਮ ਆ ਜਿਹੜੀ ਚੰਗੀ ਤਰ੍ਹਾਂ ਮੰਨਦੀ ਕਿ ਪਰਮਾਤਮਾ ਇੱਕ ਆ, ਮੁਸਲਮਾਨ ਕੌਮ। ਵੀ ਮੁਹੰਮਦ ਸਾਹਿਬ ਜਿਹੜੇ ਸੀ, ਉਹ ਪਰਮਾਤਮਾ ਦਾ ਸੁਨੇਹਾ ਲੈ ਕੇ ਆਏ ਸੀ, ਨਾ ਕਿ ਉਹ ਅੱਲਾ ਸੀ, ਉਹ ਅੱਲਾ ਦਾ ਸੁਨੇਹਾ ਲੈ ਕੇ ਆਏ ਸੀ। ਅੱਲਾ ਇੱਕ ਅਲੱਗ ਆ, ਵੱਖਰਾ ਵਾ, ਇੱਕੋ ਇੱਕ ਆ। ਗੁਰੂ ਨਾਨਕ ਸਾਹਿਬ ਬਣਾ ਫਰਮਾਨ ਕਰਨਾ ਕੀਤਾ ਸੀ, ਸਵੇਰੇ ਸਵੇਰੇ ਪੜ੍ਹਦੇ ਰਹਿੰਦੇ ਇੱਕ ਉਂਗਲ ਸਤਨਾਮ ਕਰਦਾ ਗੁਰਬਾਣੀ ਸਾਹਿਬ, ਪਰ ਅਸੀਂ ਕਦੀ ਸਮਝਣਾ ਨਹੀਂ ਕੀਤਾ। ਜੇ ਪਰਿਵਾਰ ਵਿੱਚ 5 ਜੀ ਆ, ਤੇ 5 ਵੱਖੋ ਵੱਖਰੇ ਸਾਧਕ ਹੋ ਜਾਂਦੇ ਆ, ਤੇ ਕਿਸੇ ਦਾ ਕੋਈ ਰੱਬ ਆ, ਕਿਸੇ ਦਾ ਕੋਈ ਰੱਬ ਆ। ਗੁਰੂ ਨਾਨਕ ਸਾਹਿਬ ਹੋਣਾ ਵੇਲੇ ਵੀ ਕੋਈ, ਜੇ ਕੋਈ ਥੋੜ੍ਹੀ ਉੱਚੀ ਸੋਚ ਰੱਖਦਾ ਸੀ, ਕੋਈ ਗਿਆਨੀ ਸੀ, ਕੋਈ ਲੋਕ ਭੁਲੇਖਿਆਂ 'ਚ ਸੀ, ਕੋਈ ਕਿਸੇ ਨੂੰ ਰੱਬ ਮੰਨੀ ਜਾਂਦਾ ਸੀ, ਕੋਈ ਕਿਸੇ ਨੂੰ ਰੱਬ ਮੰਨੀ ਜਾਂਦਾ ਸੀ, ਜਿਹੜੇ ਕੋਈ ਚੰਗੀਆਂ ਚਾਰ ਗੱਲਾਂ ਦੱਸ ਦਿੰਦਾ ਸਾਨੂੰ ਰੱਬ ਮੰਨ ਲੈਂਦੇ। ਨਹੀਂ, ਸਾਰੇ ਰੱਬ ਦਾ ਸੁਨੇਹਾ ਲੈ ਕੇ ਆਏ ਆ। ਰੱਬ ਕੋਈ ਨਹੀਂ, ਰੱਬ ਇੱਕ ਹੀ ਆ, ਭਾਵੇਂ ਕਿਸੇ ਵੀ ਧਰਮ ਦਾ ਵਾ, ਭਾਵੇਂ ਈਸਾਈ ਧਰਮ ਦਾ ਵਾ, ਭਾਵੇਂ ਅੱਲਾ ਵਾ, ਭਾਵੇਂ ਓਮ ਆ, ਭਾਵੇਂ ਵਾਹਿਗੁਰੂ ਕਹਿ ਕੇ ਅਸੀਂ ਨਵਾਜਦੇ ਹਾਂ, ਅਸੀਂ ਨਾਮ ਲੈਂਦੇ ਉਹਨਾਂ ਦਾ, ਉਹ ਰੱਬ ਇੱਕ ਵਾ, ਬਾਕੀ ਸਾਰੇ ਉਹਦੇ ਰਹਿਬਰ ਆ। ਕੋਈ ਉਹਦਾ ਸੁਨੇਹਾ ਲੈ ਕੇ ਆਇਆ, ਕੋਈ ਸਾਧ ਆ, ਕੋਈ ਮਹਾਂਪੁਰਸ਼ ਆ, ਕੋਈ ਬ੍ਰਹਮ ਗਿਆਨੀ ਆ, ਸਾਨੂੰ ਸੁਨੇਹਾ ਦਿੰਦਾ ਵਾ, ਉਹਦਾ ਰਾਹ ਤੇ ਤੁਰਨ ਦੀ ਗੱਲ ਦੱਸਦਾ ਵਾ, ਨਾ ਕਿ ਉਹ ਰੱਬ ਹੁੰਦਾ। ਕਰਕੇ ਗੁਰੂ ਨਾਨਕ ਪਾਤਸ਼ਾਹ ਨਾਲ ਲਿਖਣਾ ਕੀਤਾ ਵਾ ਇੱਕ ਓਅੰਕਾਰ, ਤੇ ਸਾਨੂੰ ਮੰਨਣਾ ਵੀ ਚਾਹੀਦਾ ਵਾ ਕਿ ਰੱਬ ਇੱਕ ਹੀ ਆ, ਇਹ ਸਾਧ ਆ, ਇਹ ਸਾਨੂੰ ਜਿਹੜੀ ਗੁਰਬਾਣੀ ਵੀ ਆ ਸਾਰੀ, ਇਹ ਰੱਬ ਤੱਕ ਪੁੱਜਣ ਦਾ ਰਾਹ ਦੱਸਦੀ ਆ। ਤੁਸੀਂ ਹਰ ਇੱਕ ਨੂੰ ਰੱਬ ਨਹੀਂ ਮੰਨ ਲੈਣਾ ਹੁੰਦਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਹੋਣ ਵੇਲੇ ਵੀ ਕਈ ਜਗ੍ਹਾ ਸੀ, ਕਈ ਆਪੋ ਆਪਣੇ ਜਿਹੜੇ ਪੁਜਾਰੀ ਸੀ ਬਣੇ, ਰੱਬ ਬਣ ਕੇ ਬੈਠੇ ਸੀ, ਜਿੱਦਾਂ ਅੱਜ ਕੱਲ੍ਹ ਵੀ ਕਈ ਸਾਧ ਆ ਰੱਬ ਬਣ ਕੇ ਬੈਠੇ ਆ, ਕਈ ਜੇਲ੍ਹਾਂ 'ਚ ਵੀ ਹੁਣ ਵਾ, ਦੁਨੀਆਂ ਨੂੰ ਰੱਬ ਮੰਨਦੀ। ਗੁਰੂ ਨਾਨਕ ਸਾਹਿਬ ਹੋਣਾ ਇਹ ਲਫ਼ਜ਼ ਦੇ ਨਾਲ ਹੀ ਭੁਲੇਖਾ ਦੂਰ ਕੀਤਾ, ਨਹੀਂ, ਇੱਥੇ ਕਈ ਰੱਬ ਨਹੀਂ, ਰੱਬ ਇੱਕ ਹੀ ਆ। ਰੱਬ ਦਾ ਸੁਨੇਹਾ ਜ਼ਰੂਰ ਕੋਈ ਦੇਣ ਵਾਲਾ ਹੋ ਸਕਦਾ, ਪਰ ਰੱਬ ਨਹੀਂ ਹੋ ਸਕਦਾ। ਕਿ ਗੁਰੂ ਨਾਨਕ ਪਾਤਸ਼ਾਹ ਨੇ ਲਿਖਿਆ ਵਾ, ਜੇ ਸਵੇਰੇ ਸਵੇਰੇ ਪੜ੍ਹਦੇ ਹੁੰਦੇ ਜੇ, ਨਿਤਨੇਮੀ ਜੇ, ਤੇ ਰੱਟੇ ਮਾਰਨ ਦੀ ਨਾ ਕਰਿਆ ਕਰੋ, ਇਹਨੂੰ ਸਮਝਿਆ ਕਰੋ ਵੀ ਰੱਬ ਇੱਕ ਵਾ, ਉਹ ਜਿਹੜਾ ਸਾਰਿਆਂ 'ਚ ਰਮਿਆ ਹੋਇਆ ਵਾ, ਇਹ ਰੱਬ ਕਈ ਨਹੀਂ ਆ, ਬਾਕੀ ਸਾਰੇ ਸੁਨੇਹਾ ਲੈ ਕੇ ਆਏ ਆ। ਕੋਈ ਸਾਧ ਦਾ ਮਹਾਂਪੁਰਖ ਆ, ਚੰਗਾ ਸੁਨੇਹਾ ਦਿੰਦਾ ਵਾ, ਜੇ ਕੋਈ ਚੰਗੀ ਰੱਬ ਦੀ ਗੱਲ ਦੱਸਦਾ, ਉਹਨੂੰ ਰੱਬ ਨਹੀਂ ਮੰਨ ਲੈਣਾ, ਉਹ ਰੱਬ ਦਾ ਸੁਨੇਹਾ ਲੈ ਕੇ ਜ਼ਰੂਰ ਆਇਆ, ਪਰ ਰੱਬ ਨਹੀਂ ਆ। ਫਿਰ ਕਹਿੰਦੇ ਸਤਨਾਮ, ਉਹ ਸੱਤ ਵਾ, ਹੋਂਦ ਵਾਲਾ ਵਾ, ਉਹਦਾ ਨਾਮ ਸੱਚ ਉਹ ਹੁੰਦਾ ਜਿਹੜਾ ਹੋਂਦ ਵਿੱਚ ਹੋਵੇ, ਝੂਠ ਹੋਂਦ 'ਚ ਨਹੀਂ ਹੁੰਦਾ, ਸੱਚ ਹੋਂਦ ਵਿੱਚ ਹੁੰਦਾ ਵਾ, ਤੇ ਉਹ ਸੱਚ ਵਾ ਹਮੇਸ਼ਾ ਵਾ, ਕਰਤਾ ਪੁਰਖ। ਅਸੀਂ ਪਹਾੜਾਂ 'ਤੇ ਜਾ ਕੇ ਰੱਬ ਲੱਭਦੇ ਫਿਰਦੇ ਹਾਂ, ਕੋਈ ਕਿਤੇ ਜੰਗਲਾਂ 'ਚ ਜਾ ਕੇ ਰੱਬ ਲੱਭਦਾ ਫਿਰਦਾ ਵਾ। ਪੁਰਖ ਦੇ ਅਰਥ ਆ ਜਿਹੜੇ ਗੁਰਬਾਣੀ ਗ੍ਰਾਮਰ ਨੂੰ ਵੀ ਜਾਣਨ ਵਾਲੇ, ਉਹਨਾਂ ਪੂਰਿਆ ਹੋਇਆ ਕੀਤੇ ਵੀ ਜਿਹੜਾ ਹਰ ਇੱਕ ਦੇ ਵਿੱਚ ਪੂਰਿਆ ਹੋਇਆ ਵਾ, ਜਿਵੇਂ ਅਕਾਲ ਪੁਰਖ ਕਹਿ ਦਿੰਦੇ ਵੀ ਸਾਰੀ ਕੁਦਰਤ ਦੇ ਵਿੱਚ ਰਮਿਆ ਹੋਇਆ ਵਾ, ਉਹ ਕਰਤਾ ਜਿਹੜਾ ਵਾ, ਸਭ ਕੁਝ ਕਰਨ ਵਾਲਾ ਵਾ, ਕਰਨ ਕਾਰਨ ਸਮਰੱਥ ਵਾ, ਉਹ ਅਕਾਲ ਪੁਰਖ ਆ, ਉਹ
ਪੂਰਿਆ ਹੋਇਆ, ਮਨੁੱਖ ਦੇ ਵਿੱਚ ਵੀ ਪੂਰਿਆ ਹੋਇਆ ਵਾ, ਚਾਹੇ ਕੋਈ ਵੀ ਆ, ਸਾਰੀ ਕੁਦਰਤ ਦੇ ਵਿੱਚ ਵਿੱਚ ਵਸਿਆ ਹੋਇਆ ਵਾ, ਕਰਤਾ ਪੁਰਖ ਵਾ, ਜਿਹੜਾ ਕਰਤਾ ਵਾ। ਅਤੇ ਜੇ ਰੱਬ ਲੱਭਣਾ ਤਾਂ ਆਪਣੇ ਆਪ ਨਾਲ ਹੀ ਜੁੜਨਾ ਪੈਣਾ ਵਾ, ਬਾਹਰ ਨੂੰ ਜਾਣ ਦੀ ਲੋੜ ਨਹੀਂ। ਸਾਡੇ ਸਫ਼ਰ ਬਾਹਰ ਨੂੰ ਆ, ਕਿਸੇ ਦਾ ਸਫ਼ਰ ਕਿਸੇ ਧਰਮਸ਼ਾਲਾ ਵੱਲ ਨੂੰ, ਕਿਸੇ ਦਾ ਸਫ਼ਰ ਧਰਮਸ਼ਾਲਾ ਤੋਂ ਸਾਨੂੰ ਗਿਆਨ ਮਿਲਣਾ ਵਾ, ਉਹਦੀ ਸੋਝੀ ਮਿਲਣੀ ਹੈ। ਜਿਹਨੂੰ ਨਹੀਂ ਪਤਾ ਉਹਨੇ ਸੋਝੀ ਦੇਣੀ ਆ ਵੀ ਤੁਹਾਡੇ ਅੰਦਰ 'ਚ ਰਮਿਆ ਹੋਇਆ ਵਾ। ਜ਼ਰੂਰੀ ਹੈ ਧਰਮਸ਼ਾਲਾ ਦਾ ਹੋਣਾ ਵੀ, ਕਿਉਂਕਿ ਉੱਥੋਂ ਸਾਨੂੰ ਗਿਆਨ ਮਿਲਦਾ ਵਾ, ਚਾਹੇ ਅੱਜ ਬਹੁਤਾਂਤ ਵਿੱਚੋਂ ਨਹੀਂ ਮਿਲਦਾ, ਪਰ ਧਰਮਸ਼ਾਲਾ ਦਾ ਜਾਣਾ ਜ਼ਰੂਰੀ ਹੈ, ਸੰਗਤ ਵਿੱਚ ਜਾਣਾ ਜ਼ਰੂਰੀ, ਕਿਉਂਕਿ ਸੰਗਤ ਵਿੱਚੋਂ ਹੀ ਜੋ ਕੋਈ ਕਥਾ 'ਚ ਕੋਈ ਗਿਆਨੀ ਕੋਈ ਮਹਾਂਪੁਰਸ਼ ਕਰਨ ਡਿਆ ਵਾ, ਉਹ ਸਾਨੂੰ ਗਿਆਨ ਦਿੰਦਾ ਵਾ। ਅਤੇ ਰੱਬ ਲੱਭਣਾ ਸਾਨੂੰ ਆਪਣੇ ਅੰਦਰੋਂ ਪੈਣਾ, ਆਖਦੇ ਉਹ ਬਾਹਰੋਂ ਨਹੀਂ ਜਾ ਕੇ ਲੱਭਣਾ ਵੀ ਉਹ ਫਲਾਣੇ ਥਾਂ 'ਤੇ ਇੱਕ ਤੀਰਥ ਸਥਾਨ ਆ ਉੱਥੋਂ ਰੱਬ ਲੱਭਦਾ ਵਾ, ਜਾਂ ਉਹ ਪਹਾੜਾਂ 'ਤੇ ਚੱਲ ਜਾਓ ਜਾਂ ਜੰਗਲਾਂ 'ਚ ਚੱਲ ਜਾਓ, ਨਹੀਂ ਹਿਮਾਲਿਆ ਤੋਂ ਵੀ ਨਹੀਂ ਰੱਬ ਲੱਭਣਾ, ਰੱਬ ਆਪਣੇ ਅੰਦਰੋਂ ਲੱਭਣਾ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਵੀ ਕਰਤਾ ਪੁਰਖ, ਵੀ ਕਰਤਾ ਜਿਹੜਾ ਵਾ ਸਾਰਿਆਂ 'ਚ ਪੂਰਿਆ ਹੋਇਆ, ਰਮਿਆ ਹੋਇਆ ਹਰ ਇੱਕ ਦੇ ਵਿੱਚ। ਨਿਰਭਉ, ਉਹਦੀ ਬਿਰਤੀ ਕੀ ਆ, ਉਹਦੀ ਬਿਰਤੀ ਨਿਰਭਉ ਆ, ਉਹਨੂੰ ਕਿਸੇ ਦਾ ਭਉ ਨਹੀਂ ਆ। ਭਉ ਤਾਂ ਫਿਰ ਹੀ ਆ ਜੇ ਉਹ ਤੋਂ ਕੋਈ ਵੱਡਾ ਹੋਵੇ, ਸਾਨੂੰ ਵੱਡੇ ਦਾ, ਆਪਣੇ ਤੋਂ ਵੱਡੇ ਦਾ ਭਉ ਹੁੰਦਾ ਵਾ, ਛੋਟੇ ਮੰਤਰੀ ਨੂੰ ਵੱਡੇ ਮੰਤਰੀ ਦਾ ਭਉ ਆ, ਹੋਰ ਦੁਨੀਆਂ ਦੇ ਉੱਤੇ ਭਉ, ਡਰ ਡਰ ਸਾਨੂੰ ਆਪਣੇ ਤੋਂ ਵੱਡੇ ਦਾ ਹੀ ਹੁੰਦਾ ਵਾ, ਨਿਰਭਉ ਆ, ਉਹਨੂੰ ਕਿਸੇ ਦਾ ਕੋਈ ਡਰ ਨਹੀਂ। ਜੇ ਕਹਿ ਦਈਏ ਕਿ ਅਸੀਂ ਜਾ ਕੇ ਢਾਹ ਦਾਂਗੇ ਜੀ, ਕਈ ਵਾਰ ਮੁਸੀਬਤਾਂ ਢਾਹ ਆਉਂਦੇ ਆ, ਕੋਈ ਗੁਰਦੁਆਰਾ ਢਾਹ ਆਉਂਦਾ, ਕੋਈ ਕੁਛ ਵੀ, ਉਹਨੂੰ ਡਰ ਲੱਗੂਗਾ, ਉਹ ਡਰਦਾ ਨਹੀਂ ਕਿਸੇ ਕੋਲ, ਉਹਦੇ ਹਰ ਕਿਤੇ ਵਿੱਚ ਰਮਿਆ ਹੋਇਆ ਵਾ ਕਰਤਾ ਪੁਰਖ, ਅਤੇ ਉਹਨੂੰ ਭਉ ਵੀ ਕਿਸੇ ਦਾ ਨਹੀਂ ਆ, ਜੇ ਉਹਨੇ ਫੈਸਲਾ ਲੈਣਾ ਤਾਂ ਆਪਣੀ ਮਰਜ਼ੀ ਨਾਲ ਲੈਣਾ। ਨਿਰਵੈਰ, ਵੀ ਉਹਦਾ ਕਿਸੇ ਨਾਲ ਵੈਰ ਨਹੀਂ ਆ, ਉਹਦਾ ਕਿਸੇ ਨਾਲ ਵੈਰ ਨਹੀਂ। ਸਾਡੇ ਸਾਨੂੰ ਸਾਧ ਕਿਵੇਂ ਡਰਾਉਂਦੇ ਆ, ਉਹ ਤੂੰ ਹਰ ਮਹੀਨੇ ਮੱਸਿਆ ਨਹਾਉਣੀ ਆ। ਪਹਿਲੀ ਗੱਲ ਆ, ਜਿਹੜਾ ਮੱਸਿਆ ਵਾ ਇਹ ਪੁਰਾਤਨ ਤਿਉਹਾਰ ਆ, ਇੱਕ ਚੰਦਰਮਾ ਦੀ ਜਦੋਂ ਦਿਨ 'ਚ ਸਮਾਂ ਜਿਹੜਾ ਬਦਲਦਾ ਵਾ ਨਾ, ਉਹ ਕਿਤੇ ਹਨੇਰੇ 'ਚ ਹੋ ਜਾਂਦਾ ਵਾ, ਕਿਤੇ ਲੋਅ 'ਚ ਹੋ ਜਾਂਦਾ ਵਾ, ਉਹਦੇ ਕਰਕੇ ਇਹ ਮੱਸਿਆ ਕੋਈ ਸਾਡਾ ਤਿਉਹਾਰ ਨਹੀਂ ਆ, ਇਹ ਪੁਰਾਤਨ ਸੀ। ਗੁਰੂ ਨਾਨਕ ਸਾਹਿਬ ਹੋਣਾ ਅਤੇ ਪਾਤਸ਼ਾਹ ਨਾਲ ਜਦੋਂ ਕਹਿੰਦੇ ਗ੍ਰਹਿਣ ਲੱਗੇ ਅਤੇ ਉੱਤੇ ਚੁੱਲ੍ਹਾ ਨਹੀਂ ਬਾਲੀਦਾ, ਉਹਨਾਂ 'ਤੇ ਦੇਗ ਧਰੇ ਸੀ, ਉਦੋਂ ਉਹਨਾਂ ਦੀ ਸਾਖੀ ਪੜ੍ਹੀਏ। ਸਾਨੂੰ ਇਹ ਚੀਜ਼ਾਂ ਤੋਂ ਮਨ੍ਹਾ ਕੀਤਾ ਗੁਰੂ ਨਾਨਕ ਪਾਤਸ਼ਾਹ ਨਾਲ, ਜਿਹੜੀ ਚੀਜ਼ਾਂ ਨਾਲ ਅਸੀਂ ਫਿਰ ਜੁੜ ਗਏ ਹਾਂ, ਉਹਨਾਂ ਸਾਨੂੰ ਗੁਰਬਾਣੀ ਨਾਲ, ਇੱਕ ਕਰਤੇ ਨਾਲ ਜੋੜਿਆ, ਗੁਰਬਾਣੀ ਨਾਲ ਜੋੜਿਆ ਵਾ, ਚਾਹੇ ਘਰਾਂ 'ਚ ਬਹਿ ਕੇ ਪੜ੍ਹੋ, ਸਮਝੋ, ਵਿਚਾਰੋ ਅਤੇ ਉਹਦੇ ਨਾਲ ਜੁੜੋ, ਸਾਨੂੰ ਕਿਸੇ ਜਗ੍ਹਾ 'ਤੇ ਜਾਣ ਦੀ ਲੋੜ ਨਹੀਂ ਆ। ਧਰਮਸ਼ਾਲਾ 'ਚੋਂ ਗਿਆਨ ਜ਼ਰੂਰ ਲੈਣਾ ਵਾ, ਇਹ ਗੱਲ ਆ, ਜ਼ਰੂਰ ਜਾਣਾ ਚਾਹੀਦਾ ਗਿਆਨ ਲੈਣ। ਤੂੰ ਨਿਰਵੈਰ ਆ, ਸਾਨੂੰ ਡਰਾਉਂਦੇ ਰਹਿੰਦੇ ਆ, ਤੂੰ ਐਰਕਾਂ ਹਰ ਵਾਰੀ ਗ੍ਰਾਹੀ ਦਿੰਦਾ, ਐਰਕਾਂ ਗ੍ਰਾਹੀ ਨਹੀਂ ਦਿੱਤੀ ਤੇਰਾ, ਉਹ ਐਕਸੀਡੈਂਟ ਹੋ ਜਾਣਾ, ਕੁਦਰਤੀ ਬੜੇ ਹੁੰਦੇ ਰਹਿੰਦੇ, ਅਸੀਂ ਵੀ ਹੁਣ ਗੱਡੀਆਂ 'ਤੇ ਜਾਂਦੇ ਆਉਂਦੇ ਹਾਂ, ਜੇ ਕਿਤੇ ਵੱਜ ਕੇ ਕਹਿੰਦੇ ਆਖਣਾ ਅਸੀਂ ਉਹ ਗੱਲਾਂ ਬੜੀਆਂ ਕਰਦੇ ਸੀ, ਗੱਡੀ ਵੱਜੀ ਨਾ। ਮਾਈਆਂ ਇੱਦਾਂ ਗੱਲਾਂ 'ਤੇ ਗੱਲਾਂ ਜੋੜ ਦਿੰਦੀਆਂ ਵਾਂ, ਫਲਾਣੇ ਦਾ ਐਕਸੀਡੈਂਟ ਹੋ ਗਿਆ, ਫਲਾਣਾ ਇੱਦਾਂ ਗੱਲਾਂ ਕਰਦਾ, ਢੀਂਗੜੇ ਦਾ ਹੋ ਗਿਆ, ਬਾਕੀ ਦੁਨੀਆਂ 'ਚ ਐਕਸੀਡੈਂਟ ਨਹੀਂ ਹੁੰਦੇ। ਅਤੇ ਗੁਰੂ ਨਾਨਕ ਪਾਤਸ਼ਾਹ ਤਾਂ ਕਹਿੰਦੇ ਉਹਦੀ ਬਿਰਤੀ ਨਿਰਵੈਰ, ਵੈਰ ਹੀ ਕਿਸੇ ਨਾਲ ਨਹੀਂ। ਚਾਹੇ ਤੁਸੀਂ 100 ਰੁਪਇਆ ਗੁਰਦੁਆਰੇ ਚੜ੍ਹਾਓ, ਚਾਹੇ ਨਾ ਚੜ੍ਹਾਓ, ਉਹਦੇ ਵਾਸਤੇ ਤੁਸੀਂ ਇੱਕ ਹੀ ਜੇ, ਉਹ ਪੈਸਿਆਂ ਦਾ ਨਹੀਂ ਭੁੱਖਾ। ਇਹ ਸਾਨੂੰ ਸਾਧਾਂ ਨੇ ਡਰ ਪਾਏ ਹੋਏ ਆ ਕਿ ਜੇ ਤੁਸੀਂ ਪੈਸੇ ਨਾ ਚੜ੍ਹਾਓਗੇ ਤਾਂ ਤੁਹਾਨੂੰ ਉਹ ਹੋ ਜਾਣਾ ਵਾ। ਇੱਥੇ ਕਈ ਥਾਵਾਂ 'ਤੇ ਤਾਂ ਗਿਣਤੀਆਂ ਵੀ ਲਿਖੀਆਂ, ਫਲਾਣਾ ਟੈਸਟ ਪਾਸ ਕਰ ਲਏ ਨੇ, ਢੀਂਗੜਾ ਇੰਨੇ, ਮੱਸਿਆ ਜੇ ਹਰ ਵਾਰੀ ਕਿਤੇ ਨਾ ਨਹਾਉਣ ਜਾਂਦੇ ਹੋਈਏ, ਮੰਨ ਲਓ ਕਿਤੇ ਨਹੀਂ ਨਹਾਤੀ ਗਈ, ਹੈ ਨਾ, ਚਾਣ ਚੱਕ ਕੇ ਕੋਈ ਕੁਦਰਤੀ ਮੋਟਰਸਾਈਕਲ ਖਰਾਬ ਹੋ ਗਿਆ, ਉਹ ਡਰ ਪੈ ਜਾਣਾ ਮਨ 'ਚ, ਉਦੋਂ ਭਾਵੇਂ 100 ਵਾਰੀ ਖਰਾਬ ਹੋਇਆ, ਸਾਨੂੰ ਕਦੀ ਨਹੀਂ ਸੋਚ ਆਉਣੀ, ਉਦਣ ਸਰੋਤ ਜ਼ਰੂਰ ਆਉਣੀ ਹੈ ਮੱਸਿਆ ਨਾ ਨਹਾਉਣ ਕਰਕੇ। ਇਹ ਸਾਡੇ ਮਨ 'ਚ ਇੱਕ ਡਰ ਹੀ ਬੈਠਾ ਵਾ, ਸਾਡੇ ਮਨਾਂ 'ਚ ਬੜਾ ਤਕੜਾ ਡਰ ਬੈਠਾ ਵਾ। ਅਸੀਂ ਬੜੇ ਬਜ਼ੁਰਗ ਵੇਖੇ ਆ, ਨਹੀਂ ਨਹੀਂ ਮੈਂ ਹਰ ਵਾਰੀ ਨਹਾਉਂਦਾ ਵਾ, ਉਹ ਹੋ ਜਾਣਾ, ਜੇ ਹੋ ਜਾਣਾ, ਮੱਝ ਮਰ ਜਾਣੀ ਆ ਜੇ ਖੀਰ ਨਾ ਚੜ੍ਹਾਈ ਅਤੇ ਜੇ ਕਿਤੇ ਮੱਸਿਆ ਨਾ ਨਹਾਤੀ, ਅਤੇ ਮੱਸਿਆ ਦੇ ਤਿਉਹਾਰ ਹੀ ਮੱਸਿਆ ਸੰਗਰਾਂਦ ਸਾਡਾ, ਸੰਗਰਾਂਦ 'ਤੇ ਉਹ ਜਦੋਂ ਮਹੀਨਾ ਬਦਲਦਾ ਵਾ, ਮਹੀਨਿਆਂ ਦੀ ਚਾਲ ਬਣਾਈ ਗਈ ਆ। ਗੁਰੂ ਘਰ ਜਾਓ, ਠੀਕ ਆ, ਵਹਿਮ ਨਹੀਂ ਪਾਲਣੇ, ਕਿਉਂਕਿ ਰੱਬ ਦਾ ਕਿਸੇ ਨਾਲ ਕੋਈ ਵੈਰ ਨਹੀਂ ਆ, ਕਿਸੇ ਕੋਲ ਵੈਰ ਨਹੀਂ ਕੱਢਦਾ। ਜੇ ਨਾ 10 ਰੁਪਏ ਹੁਣ ਮਾਈਆਂ ਵਾ, ਹਰ ਜੇ ਗੁਰਦੁਆਰਾ 10 ਗੋਲਕਾਂ ਲੱਗੀਆਂ ਵਾ ਅਤੇ ਹਰ ਇੱਕ 'ਚ ਪੈਸੇ ਪਾਉਣੇ ਹੀ ਪਾਉਣੇ ਜੀ, ਜੇ ਕਈ ਸੋਚ ਹੁੰਦੀ ਪਾਪ ਲੱਗੂ ਜੇ ਨਾ, ਉਹ ਪਾਪ ਨਹੀਂ ਲੱਗਦਾ, ਠੀਕ ਆ। ਜੇ ਕਿਸੇ ਕੋਲ ਹੈਗਾ ਵਾ, ਠੀਕ ਆ, ਹੈ ਨਾ, ਗੁਰੂ ਘਰ ਚੜ੍ਹਾਓ, ਗੁਰੂ ਘਰ ਦੇਣਾ ਪੈਸਾ ਅਤੇ ਕਿਸੇ ਗਰੀਬ ਨੂੰ ਦੇਣਾ ਇੱਕ ਹੀ ਬਰਾਬਰ ਆ, ਪਰ ਗਰੀਬ ਨੂੰ ਨਹੀਂ ਇਹੀ ਦੇਣਾ, ਕਿਉਂਕਿ ਗਰੀਬ ਸਾਡੇ ਪਿੰਡ ਦਾ ਅਤੇ ਸਾਡਾ ਉਹਦੇ ਨਾਲ ਸ਼ਰੀਕਾ ਵਾ। ਅਤੇ ਗੁਰੂ ਘਰ ਅਸੀਂ 10,000 ਦੇ ਦਾਂਗੇ, ਗਰੀਬ ਦੀ ਧੀ ਦੇ ਵਿਆਹ 'ਚ 100 ਰੁਪਈਆ ਨਹੀਂ ਦੇਣਾ।
ਕਰਕੇ ਹਰ ਥਾਂ ਦੇ ਰੱਬ ਦਾ ਕਿਸੇ ਨਾਲ ਕੋਈ ਵੈਰ ਨਹੀਂ ਆ। ਚੜ੍ਹਾਓ ਨਾ ਚੜ੍ਹਾਓ ਉਹਨੇ ਤਾਂ ਵੀ ਕੁਛ ਨਹੀਂ ਕਹਿਣਾ, ਚਾਹੇ ਮੱਸਿਆ ਨਹਾਓ ਚਾਹੇ ਨਾ ਨਹਾਓ, ਉਹਦਾ ਕੁਦਰਤ ਉਹਨੂੰ ਕੋਈ ਫਰਕ ਨਹੀਂ ਪੈਂਦਾ। ਬਾਣੀ ਪੜ੍ਹਦੇ ਜੇ ਨਹੀਂ ਪੜ੍ਹਦੇ ਕੋਈ ਫਰਕ ਨਹੀਂ, ਸਮਝਦੇ ਜੇ ਕਿਸੇ ਗਰੀਬ ਦਾ ਭਲਾ ਕਰਦੇ ਜੇ ਸ਼ਾਇਦ ਉਹਨੂੰ ਫਰਕ ਪੈਂਦਾ ਹੋਵੇ ਫਿਰ ਉਹਦੀ ਬਿਰਤੀ 'ਚ। ਪਰ ਬਾਕੀ ਨਹਾਉਣ ਨਹਾਉਣ ਦਾ ਕੋਈ ਚੱਕਰ ਨਹੀਂ ਆ, ਉਹ ਨਿਰਵੈਰ ਅਤੇ ਕਿਸੇ ਨਾਲ ਵੈਰ ਨਹੀਂ ਰੱਖਦਾ। ਜੇ ਤਾਂ ਉਹ ਕਹਿੰਦਾ ਹੋਵੇ ਤੂੰ ਹਰ ਵੇਲੇ ਮੈਨੂੰ 100 ਰੁਪਇਆ ਚੜ੍ਹਾਉਣਾ, ਐਰਕਾ ਨਹੀਂ ਚੜ੍ਹਾਇਆ, ਐਰਕਾ ਤੇਰਾ ਮੈਂ ਮੋਟਰਸਾਈਕਲ ਮਰਾਉਂਦਾ ਵਾਂ ਉੱਥੇ, ਫਿਰ ਤਾਂ ਉਹਨੇ ਵੈਰ ਕੱਢ ਲਿਆ, ਮਤਲਬ ਹੀ ਹੋ ਗਿਆ ਰੱਬ ਅਤੇ ਵੈਰ ਕੱਢ ਲਿਆ, ਫਿਰ ਤਾਂ ਨਿਰਵੈਰ ਲਿਖਣ ਦੀ ਲੋੜ ਹੀ ਨਹੀਂ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਨਿਰਵੈਰ ਲਿਖਤਾ ਵੀ ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਆ, ਸਾਰੀ ਦੁਨੀਆ ਉਹਦੇ ਵਾਸਤੇ ਇੱਕ ਬਰਾਬਰ ਆ, ਕਿਉਂਕਿ ਉਹਦੇ ਹਰ ਇੱਕ 'ਚ ਰਮਿਆ ਹੋਇਆ ਵਾ, ਫਿਰ ਕਾਹਤੋਂ ਡਰਨ ਦੀਆਂ ਲੋੜਾਂ। ਅਕਾਲ ਮੂਰਤ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਲਿਖਣਾ ਕਰਦੇ ਆ, ਅਕਾਲ ਮੂਰਤ ਉਸਦਾ ਕੋਈ ਕਾਲ ਨਹੀਂ ਹੈ, ਕਿਉਂਕਿ ਜੇ ਅਸੀਂ ਮਨੁੱਖ 'ਚ ਰਮਿਆ, ਜੇ ਮਨੁੱਖ ਮਰ ਗਿਆ ਤਾਂ ਨਾਲ ਰੱਬ ਮਰ ਜੂਗਾ, ਜੇ ਹਰ ਇੱਕ 'ਚ ਰਮਿਆ ਹੋਇਆ ਉਹ, ਜੇ ਡੰਗਰ 'ਚ ਵੀ ਰੱਬ ਰਮਿਆ ਤਾਂ ਡੰਗਰ ਮਰ ਗਿਆ ਨਾਲ ਰੱਬ, ਉਹ ਮੂਰਤੀ ਮਾਨ ਹੈ ਵੀ ਆ, ਪਰ ਅਕਾਲ ਜਿਹਦਾ ਕੋਈ ਕਾਲ ਨਹੀਂ ਹੈ, ਕਿਉਂਕਿ ਜਿਹੜਾ ਪੂਰਿਆ ਹੋਇਆ ਵਾ, ਜੇ ਮਨੁੱਖ ਮਰ ਗਿਆ ਫਿਰ ਰੱਬ ਮਰਿਆ ਹੋ ਗਿਆ, ਨਹੀਂ। ਗੁਰੂ ਨਾਨਕ ਪਾਤਸ਼ਾਹ ਨੇ ਕਹਿੰਦੇ ਕਹਿੰਦੇ ਅਕਾਲ ਮੂਰਤ ਅਜੂਨੀ, ਜੇ ਮੂਰਤ ਆ ਤਾਂ ਮੂਰਤ ਦੀ ਤਾਂ ਫਿਰ ਜੂਨਾਂ 'ਚ ਹੀ ਹੋਊਗਾ, ਜੇ ਕੁੱਤੇ ਦੀ ਜੂਨ 'ਚ ਆ ਜਾਂ ਬੰਦੇ ਦੀ ਜੂਨ 'ਚ ਆ ਜਾਂ ਕੋਈ ਹੋਰ ਪੰਛੀ ਦੀ ਜੂਨ 'ਚ ਆ, ਅਜੂਨੀ ਆ ਕਿਸੇ ਜੂਨ 'ਚ ਨਹੀਂ ਆ। ਜਿਵੇਂ ਦਸਮ ਪਾਤਸ਼ਾਹ ਦੀ ਬਾਣੀ 'ਚ ਪੜ੍ਹੀ ਚੰਡੀ ਦੇ ਬਾਰੇ, ਉਹ 'ਚ ਵੀ ਲਿਖਿਆ ਸ੍ਰੀ ਭਗਵਤੀ ਜੀ, ਸਹੀ ਅਰਦਾਸ ਵਿੱਚ ਅਸੀਂ ਅਲਫਾਜ਼ ਪੜ੍ਹਦੇ ਹਾਂ, ਸ੍ਰੀ ਭਗਵਤੀ, ਭਗਵਤੀ ਸ਼ਕਤੀ ਆ ਉਹ ਇੱਕ ਰੱਬ, ਸ਼ਕਤੀ ਕਹਿ ਕੇ ਨਵਾਜਿਆ ਉਹਨਾਂ ਨੂੰ, ਸ਼ਕਤੀ ਕਿਹਾ ਵਾ ਦਸਮ ਪਾਤਸ਼ਾਹ ਨੇ ਮਹਾਰਾਜ ਹੋਣਾਂ ਨੇ, ਕਿਉਂਕਿ ਰੱਬ ਸ਼ਕਤੀ ਇੱਕ ਸੱਚਾਈ ਆ। ਅਜੂਨੀ ਸਹਿਬੰਗ, ਸਹਿਬੰਗ ਮਤਲਬ ਆਪਣੇ ਆਪ ਤੋਂ ਪੈਦਾ ਹੋਇਆ, ਸਵੰਭੂ ਆਪਣੇ ਆਪਣੇ ਆਪ ਤੋਂ ਹੀ ਰੱਬ ਪੈਦਾ ਹੋਇਆ ਵਾ, ਕਿਉਂਕਿ ਜਿਹੜਾ ਫਿਰ ਤੇ ਜੇ ਅਸੀਂ ਕਹਿ ਦਈਏ ਮੂਰਤ ਆ ਤਾਂ ਫਿਰ ਜੰਮਿਆ ਹੋਊਗਾ, ਅਤੇ ਜੰਮਿਆ ਤਾਂ ਫਿਰ ਜੂਨ 'ਚ ਜੰਮਿਆ ਹੋਊਗਾ ਨਾ, ਸ਼ਕਤੀ ਕਿਹਾ ਵਾ ਕਰਕੇ ਰੱਬ ਨੂੰ, ਕੋਈ ਬੰਦਾ ਨਹੀਂ ਕਿਹਾ ਵੀ ਫਲਾਣਾ ਬੰਦਾ ਵਾ ਉਹ ਰੱਬ ਆ ਢੀਂਗ, ਨਹੀਂ ਕੋਈ ਰੱਬ ਨਹੀਂ ਆ, ਰੱਬ ਏਕੀ ਆ, ਰੱਬ ਸ਼ਕਤੀ, ਰੱਬ ਹਰ ਇੱਕ 'ਚ ਸਮਾਇਆ ਹੋਇਆ ਵਾ, ਮੂਰਤੀ ਮਾਨ ਹੈ ਵੀ ਆ ਉਹਨਾਂ ਆਖਿਆ। ਪਰ ਅਸੀਂ ਕਿਸੇ ਜੂਨ 'ਚ ਨਹੀਂ ਕਹਿ ਸਕਦੇ ਵੀ ਰੱਬ ਫਲਾਣਾ ਸਾਧ ਬੈਠਾ ਉਹ ਰੱਬ ਆ ਢੀਂਗੜਾ ਸਾਧ ਨਹੀਂ, ਰੱਬ ਦਾ ਸੁਨੇਹਾ ਦੇਣ ਵਾਲਾ ਹੋ ਸਕਦਾ, ਰੱਬ ਨਹੀਂ ਹੋ ਸਕਦਾ ਕੋਈ, ਰੱਬ ਇੱਕ ਹੀ ਆ। ਭਾਵੇਂ ਕੋਈ ਵੀ ਧਰਮ ਧਰਮ ਵੱਖ ਵੱਖ ਰਾਹ ਨਿਕਲੇ, ਉਹਨੂੰ ਵੱਖ ਵੱਖ ਰਾਹ ਵਾ ਉਹਦੇ ਤੱਕ ਪੁੱਜਣ ਦੇ, ਅਤੇ ਪੁੱਜਣਾ ਆਪਣੇ ਆਪ ਤੱਕ ਹੀ ਆ, ਕਿਉਂਕਿ ਜਦੋਂ ਅਸੀਂ ਬੈਠੇ ਨੇ ਨਾ, ਅਸੀਂ ਇੱਥੇ ਬੈਠੇ, ਸਾਡਾ ਮਨ ਹੁਣ ਪਰਦੇਸੀਆਂ ਦਾ ਅਤੇ ਇੰਡੀਆ 'ਚ ਹੁੰਦਾ, ਇੰਡੀਆ ਵਾਲਾ ਕਿਸੇ ਦਾ ਕੈਨੇਡਾ, ਕਿਸੇ ਦਾ ਆਸਟ੍ਰੇਲੀਆ, ਕਿਸੇ ਦਾ ਕਿਤੇ, ਮਨ ਦੀ ਬੜੀ ਦੌੜ ਆ, ਮਨ ਨੂੰ ਖਿਲਾਰਨਾ ਵਾ। ਅੱਜ ਬੈਠੇ ਹਾਂ 1000 ਰੁਪਇਆ ਜੇਬ 'ਚ, ਖੁਸ਼ੀ ਨਾਲ ਰੋਟੀ ਖਾਣ ਡੇ ਹਾਂ, ਪਰ ਉਹ ਅਸੀਂ ਖੁਸ਼ੀ ਮਾਣਦੇ ਬਹੁਤ ਘੱਟ ਆ, ਕਿਉਂ ਸੋਚਣ ਡੇ ਹੋਣਾ ਯਾਰ ਆਹ ਪੈਸੇ ਇੱਦਣ ਮੁੱਕ ਜਾਣੇ, ਉਹ ਇੰਨੇ ਦਿਨਾਂ ਨੂੰ ਜਾ ਕੇ ਫਿਰ ਕੀ ਕਰਾਂਗੇ। ਨਹੀਂ, ਮਨ ਨੂੰ ਖਿਲਾਰਨਾ ਹੀ ਰੱਬ ਆ, ਆਪਣਾ ਮਨ ਜਿੱਤ ਲਿਆ, ਮਨ ਜੀਤੇ ਜਗ ਜੀਤ, ਅਤੇ ਸਭ ਕੁਝ ਰੱਬ ਦੀ ਖੇਡ ਅੰਦਰ ਹੀ ਆ, ਅਤੇ ਉਹ ਆਪਣੇ ਆਪ ਤੋਂ ਪੈਦਾ ਹੋਇਆ, ਜਿਵੇਂ ਕਹਿਣ ਡੇ ਨਾ ਸਵੈ ਬੰਗ ਅਜੂਨੀ ਸਾਹਿਬਾਂ, ਵੀ ਉਹ ਕਿਸੇ ਜੂਨ 'ਚ ਨਹੀਂ ਆ, ਜੇ ਕਿਸੇ ਬੰਦੇ ਨੂੰ ਨਹੀਂ ਕਹਿ ਸਕਦੇ ਵੀ ਉਹ ਰੱਬ ਆ, ਅਤੇ ਉਹ ਆਪਣੇ ਆਪ ਤੋਂ ਪੈਦਾ ਹੋਇਆ ਵਾ, ਅਤੇ ਉਹ ਮਿਲੂ ਕਿਵੇਂ, ਐਂਡ ਦੇ ਲਫਜ਼ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਕਹਿਣ ਡਿਆ ਅਜੂਨੀ ਸਾਹਿਬਾਂਗ ਆ, ਅਤੇ ਉਹ ਮਿਲੂ ਕਿਵੇਂ, ਜੇ ਅਜੂਨੀ ਆ ਕਿਸੇ ਮੂਰਤੀ 'ਚ ਵੀ ਨਹੀਂ ਆ, ਜੂਨ 'ਚ ਵੀ ਨਹੀਂ ਆ, ਫਿਰ ਉਹਨੂੰ ਲੱਭਣਾ ਕਿਵੇਂ। ਜੇ ਕਹਿ ਤਾਂ ਮੂਰਤੀ ਮਾਨ ਵੀ ਆ ਪਰ ਅਜੂਨੀ ਆ, ਜੂਨ ਵੀ ਕੋਈ ਨਹੀਂ ਆ, ਮਨੁੱਖਾ ਵੀ ਜੂਨ ਆ, ਮਨੁੱਖ 'ਚ ਵੀ ਨਹੀਂ ਆ, ਫਿਰ ਉਹਨੂੰ ਲੱਭੀਏ ਕਿਵੇਂ, ਰੱਬ ਨੂੰ ਮਿਲੂਗਾ ਕਿੱਥੇ, ਵੀ ਜਿਹੜਾ ਜੂਨ 'ਚ ਵੀ ਕਿਸੇ 'ਚ ਨਾ ਹੋਵੇ, ਹੋਵੇ ਵੀ ਉਹਨੂੰ ਲੱਭਣਾ ਕਿਵੇਂ। ਫਿਰ ਉਹਨਾਂ ਆਖਿਆ ਗੁਰ ਪ੍ਰਸਾਦ, ਪ੍ਰਸਾਦ ਦਾ ਮਤਲਬ ਹੁੰਦਾ ਕਿਰਪਾ, ਗੁਰੂ ਦੀ ਕਿਰਪਾ ਨਾ, ਉਹ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੋ ਸਕਦਾ ਵਾ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਦੀ ਬਾਣੀ ਪੜ੍ਹੋ, ਸਮਝੋ, ਵਿਚਾਰੋ, ਅਤੇ ਫਿਰ ਉਹਦੀ ਪ੍ਰਾਪਤੀ ਹੋ ਸਕਦੀ ਆ, ਅਤੇ ਬਾਅਦ ਜਪ ਲਿਖਤਾ ਤਾਂ ਬਾਣੀ ਦੀ ਸ਼ੁਰੂਆਤ ਹੋ ਜਾਂਦੀ ਹੈ, ਜਪਜੀ ਸਾਹਿਬ ਦੀ, ਆਦਿ ਸੱਚ ਜੁਗਾਦ ਸੱਚ, ਆਦਿ ਮੁੱਢ ਤੋਂ ਸੱਚ, ਜੁਗਾਦ ਜੁਗਾਂ ਤੁਗਾਂ ਤੋਂ ਸੱਚ ਹੈ, ਪੀ ਸੱਚ ਇਹ ਵੇਲੇ ਵੀ ਸੱਚ ਆ, ਉਹ ਹੈਗਾ ਵਾ ਨਾਨਕ ਹੋਸੀ ਪੀ ਸੱਚ, ਉਹ ਰਾਹ ਬਾਅਦ 'ਚ ਵੀ ਸੱਚ ਰਹੂਗਾ, ਉਹ ਗੁਰੂ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਵਾ। ਅਤੇ ਜੇ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ ਅਤੇ ਅਰਥ ਪੜ੍ਹਾਂਗੇ ਤਾਂ ਫਿਰ ਹੀ ਕੋਈ ਸਮਝ ਲੱਗੂਗੀ, ਬੜੇ ਚਿਰਾਂ ਤੋਂ ਪੜ੍ਹਦੇ ਹਾਂ, ਏਕ ਓਂਕਾਰ ਏਕ ਓਂਕਾਰ ਸਤਿਨਾਮ ਕਰਤਾ ਵਿਘਨ ਨਿਰਵਾਣ ਕਰਤਾ ਵਿਘਨ ਨਿਰਵਾਣ ਕਰਤਾ ਵਿਘਨ ਨਿਰਵਾਣ ਕਰਤਾ।
ਇੱਥੇ ਤਾਂ ਇਹ ਹਾਲ ਆ ਦੁਨੀਆ ਦੇ ਬਲ ਵੀ ਬਸ ਛੇਤੀ ਛੇਤੀ ਨਾ ਕਈ ਵਾਰ ਬੀਬੀਆਂ ਵੇਖੀਆਂ ਵਾ ਬੰਦਿਆਂ ਦੇ ਜਿਨ੍ਹਾਂ ਨੂੰ ਨਾਟਕਾਂ ਦੇ ਚਸਕੇ ਹੁੰਦੇ ਨਾ, ਸ਼ਾਮਾਂ ਨੂੰ ਭੈੜਾ ਰਾਤ ਦਾ ਵੇਲਾ ਹੋਵੇ ਜੇ ਪਤਾ 5 ਵਜੇ ਆਉਣਾ ਵਾ ਅਤੇ ਮੁੜ ਕੇ ਨਾਟਕ ਹੀ ਨਾਟਕ ਸ਼ੁਰੂ ਹੋ ਜਾਣੇ 5 ਤੋਂ 9 ਵਜੇ ਤੱਕ, ਕਈ ਵਾਰ ਨਾਟਕ ਹੁੰਦੇ ਆ ਉਹਨਾਂ ਵੇਖਣਾ ਵੀ 15 ਮਿੰਟ ਰਹਿ ਗਏ ਹੋ ਛੇਤੀ ਛੇਤੀ ਰਹਿਸ ਕਰ ਦਈਏ, ਦਰਗਾਹ ਗਿਆ ਸੋ ਦਰਗਾਹ ਸੋ ਕਹਿੰਦਾ ਸਰ ਸਮਾਲ ਵਿਜਰਾਣਾ ਇੱਦਾਂ ਬਾਣੀ ਪੜ੍ਹਦੇ ਆ ਕੁਛ ਸਮਝ ਨਹੀਂ ਆਉਂਦੀ, ਉਹੋ ਜਿਹੇ ਸਾਧ ਸਮਝਾਉਣ ਵਾਲੇ ਕਈ ਸਮਝਾਉਣ ਇੰਨੇ ਪਾਠ ਕਰ ਲਿਆ ਕਰੋ, ਉਹ ਪਾਠਾਂ ਦੀ ਗਿਣਤੀ ਠੀਕ ਆ ਜ਼ਰੂਰ ਵਧਾਓ ਕਿ ਸਿਆਣੇ ਨੇ ਇਹ ਗੱਲ ਬਣਾਈ ਵੀ ਪਹਿਲਾਂ ਵੱਧ ਕਰਨਗੇ ਇਹਨਾਂ ਨੂੰ ਪੜ੍ਹਨਾ ਆਊਗਾ, ਮੁੜ ਕੇ ਦੂਜੀ ਗੱਲ ਉਹਨਾਂ ਨੂੰ ਸਮਝਣਾ ਵਾ ਫਿਰ ਬਾਣੀ ਨੂੰ ਸਮਝ ਕੇ ਪੜ੍ਹਾਂਗੇ ਤਾਂ ਅਰਥ ਫਿਰ ਹੀ ਸਮਝ ਆਉਣੇ, ਕਹਿ ਦਿੰਦੇ ਮਸਕੀਨ ਜੀ ਅਰਥ ਕਰਦੇ ਹੀ ਫਲਾਣਾ ਕਥਾ ਵਾਚਕ ਹੀ ਟੀਂਗੜਾ, ਉਹਨਾਂ ਨੇ ਸਮਝੇ ਆ ਅਤੇ ਉਹਨਾਂ ਨੂੰ ਆਏ ਆ, ਗੁਰਬਾਣੀ ਇੱਕ ਸਮਝ ਵਾ ਜੇ ਸਮਝਾਂਗੇ ਫਿਰ ਸਾਡੀ ਸਮਝ ਵਿੱਚ ਆਉਣੀ ਆ, ਫਿਰ ਸਾਨੂੰ ਪਤਾ ਲੱਗਣਾ ਗੁਰੂ ਨਾਨਕ ਪਾਤਸ਼ਾਹ ਨੇ ਸਮਝਾਉਣਾ ਕੀ ਕਰਨ ਡੇ, ਅਤੇ ਨਹੀਂ ਤਾਂ ਇੱਥੇ 90-90 ਸਾਲ ਦੇ ਬਜ਼ੁਰਗ ਹੋ ਗਏ ਉਹ ਵੀ ਵੇਖੇ ਆ ਬਾਣੀ ਜੀ ਨੂੰ ਪੜ੍ਹਦੇ ਆ, ਪਤਾ ਬਾਣੀ ਕਿਵੇਂ ਪੜ੍ਹਦੇ ਆ ਗੰਗਾ ਸਤਨਾ ਕਰਤਾ ਵੀ ਇੱਦਾਂ ਪੜ੍ਹ ਜਾਂਦੇ ਬਸ ਟੇਪ ਰਿਕਾਰਡ, ਜਿਹਦੇ ਬੀਬੀਆਂ ਦਾ ਧਿਆਨ ਉਧਰੋਂ ਨਾਟਕ ਵੱਲ ਵੀ ਹੁੰਦਾ ਵਾ, ਜਿਹੜੇ ਬੰਦੇ ਵੀ ਨਾਟਕ ਵੇਂਦੇ ਉੱਧਰੋਂ ਫਿਲਮ ਸ਼ੁਰੂ ਹੋਣ ਵਾਲੀ ਹੁੰਦੀ ਆ, ਸਾਨੂੰ ਹੁੰਦਾ ਵਾ ਚੱਲ ਵੇ 10 ਮਿੰਟ ਰਹਿ ਕੇ ਛੇਤੀ ਛੇਤੀ ਪਾਠ ਕਰ ਲਈਏ ਵੀ ਰੱਬ ਤੇ ਸਹਾਣ ਹੀ ਕਰਨਾ, ਪਾਠ ਕਰਕੇ ਮੁੜ ਜਾਣਾ ਓਏ ਰੱਬਾ ਬੱਤੀ ਨਾ ਬੰਦ ਕਰੀ, ਅਸੀਂ ਫਿਲਮ ਵੇਖਣ ਲੱਗੇ ਹਾਂ। ਗੁਰੂ ਨਾਨਕ ਪਾਤਸ਼ਾਹ ਨੇ ਸਾਰਿਆਂ ਨੂੰ ਪੜ੍ਹਨ ਵਾਸਤੇ ਦਿੱਤੀ ਆ, ਸਮਝਣ ਵਾਸਤੇ ਇਹਨੂੰ ਸਮਝੋ, ਨਾਟਕ ਠੀਕ ਆ ਜੇ 5 ਵਜੇ ਨਾਟਕ ਆਉਣੇ 9 ਵਜੇ ਤੱਕ ਆਉਣੇ ਆ ਠੀਕ ਆ, ਆਪਣੇ ਨਾਟਕ ਵੇਖੋ ਕੋਈ ਵੇਲਾ ਨਹੀਂ ਲੰਘ ਚੱਲਿਆ, ਠੀਕ ਆ ਨਾ ਤੁਹਾਡਾ ਧਿਆਨ ਨਾਟਕਾਂ 'ਚ, ਨਾਟਕ ਦੇਖੇ ਜਾਣੇ ਆ, ਪਹਿਲਾਂ ਨਾਟਕ ਵੇਖ ਲਓ ਆਪਣੇ, 9 ਵਜੇ ਬਾਣੀ ਪੜ੍ਹੋ, 9 ਵਜੇ ਤੋਂ ਲੈ ਕੇ 10 ਵਜੇ ਤੱਕ ਆਨੰਦ ਨਾਲ ਰਹਿ ਰਾਸ ਕਰੋ, 9:30 ਵਜੇ ਤੱਕ ਰਹਿ ਰਾਸ ਕਰੋ, ਪਰ ਉਹ ਫਿਕਰ ਛੱਡ ਦਿਓ ਵੀ ਅੱਜ ਨਾਟਕ ਵਿੱਚ ਬੀਬੀ ਮਰਨ ਵਾਲੀ ਅਤੇ ਕੱਲ੍ਹ ਨੂੰ ਉਹਦਾ ਕੀ ਹੋਜੂਗਾ, ਐਂਡ ਤਾਂ ਇੱਦਾਂ ਮੁਕਾਉਂਦੇ ਹੁੰਦੇ ਨਾਟਕਾਂ ਵਾਲੇ ਵੀ ਉਹ ਮਰਨੀ ਵਾਲੀ ਹੁੰਦੀ ਬਸ ਗੱਡੀ ਵੱਜਣੀ ਵਾਲੀ ਹੁੰਦੀ ਆ ਅਤੇ ਉੱਥੋਂ ਨਾਟਕ ਮੁੱਕ ਜਾਣਾ, ਉਹ ਫਿਕਰ ਛੱਡ ਕੇ ਫਿਰ ਬਾਣੀ ਪੜ੍ਹਿਓ, ਬਾਣੀ ਨੂੰ ਸਮਝਣਾ ਕਰਿਆ ਕਰੋ ਨਾਲ ਵੀ ਸਮਝਾਉਣਾ ਗੁਰੂ ਨਾਨਕ ਪਾਤਸ਼ਾਹ ਨੇ ਕੀ ਕਰਦੇ, ਇੰਨੇ ਮਹਾਂਪੁਰਸ਼ਾਂ ਦੀ ਬਾਣੀ ਮਹਾਂਪੁਰਸ਼ ਕਹਿਣ ਕੀ ਡਏ ਆ ਸਾਨੂੰ ਵਿੱਚ। ਜਿਵੇਂ ਗੁਰਬਾਣੀ ਵਿੱਚ ਨਵੇਂ ਪਾਤਸ਼ਾਹ ਸਲੋਕ ਆਉਂਦਾ ਚਿੰਤਾ ਤਾਂ ਕੀ ਖਿੱਚੀਏ, ਉਹ ਚੀਜ਼ ਦੀ ਚਿੰਤਾ ਕਰੋ ਜੋ ਅਣਹੋਣੀ ਹੋਏ, ਜਿਹੜੀ ਚੀਜ਼ ਅਣਹੋਣੀ ਹੋ ਗਈ ਹੋਣੀ, ਇਸ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ, ਅਤੇ ਅਣਹੋਣੀ ਜੇ ਕਹੀ ਚਿੰਤਾ ਤਾਂ ਕਿ ਕੀਜੀਏ ਜੋ ਅਣਹੋਣੀ ਹੋਏ, ਅਣਹੋਣੀ ਤਾਂ ਉਹ ਜਿਹੜਾ ਸਰ ਕਿਸੇ ਦਾ ਜਵਾਨ ਧੀ ਪੁੱਤ ਮਰ ਗਿਆ ਜਾਂ ਕਿਤੇ ਕਰਜ਼ਾ ਥੱਲੇ ਆ ਗਿਆ ਜਾਂ ਕਿਸੇ ਦਾ ਪਿਓ ਮਰ ਗਿਆ ਜਾਂ ਮਾਂ ਮਰ ਗਈ ਜਾਂ ਭੈਣ ਭਰਾ ਮਰ ਗਿਆ, ਚਿੰਤਾ ਤਾਂ ਕੀ ਕੀਜੀਏ ਅਣਹੋਣੀ ਮਿਲਦੇ ਆ। ਜਿਵੇਂ ਦੂਜੀਆਂ ਪੰਕਤੀਆਂ ਇਹਨਾਂ ਨੂੰ ਸੁਲਝਾਉਂਦੀਆਂ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ, ਇਹ ਸੰਸਾਰ ਦੇ ਉੱਤੇ ਕਿਸੇ ਨੇ ਵੀ ਥਿਰ ਨਹੀਂ ਰਹਿਣਾ, ਸਾਰਿਆਂ ਮਰਨਾ ਵਾ, ਉਹ ਅਣਹੋਣੀ ਨਹੀਂ ਜੇ ਮਾਂ ਮਰ ਗਈ, ਅਣਹੋਣੀ ਨਹੀਂ ਜੇ ਪਿਓ ਮਰ ਗਿਆ, ਠੀਕ ਹੈ ਇਹ ਸਾਡੇ ਵਾਸਤੇ ਮੰਨਣੀ ਬੜੀ ਔਖੀ ਹੈ, ਗੱਲਾਂ ਕਹਿਣੀਆਂ ਸੌਖੀਆਂ ਵਾ, ਗੁਰਬਾਣੀ ਬੜਾ ਤਗੜਾ ਸੱਚ ਕਹਿੰਦੀ ਆ, ਠੀਕ ਉਹਦਾ ਅਰਥ ਵੀ ਪਤਾ ਹੋਣੇ ਜ਼ਰੂਰੀ ਆ, ਅਤੇ ਅਸੀਂ ਕੀ ਪੜ੍ਹ ਜਾਂਦੇ ਹਾਂ ਚੰਦਾ ਤਾਂ ਕੀ ਜੋ ਅਣਹੋਣੀ ਹੋਏ ਨਾਲੇ ਮਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ, ਇੱਦਾਂ ਕਰਕੇ ਪੜ੍ਹ ਜਾਂਦੇ ਹਾਂ ਜਿਹੜੀ ਪੰਕਤੀਆਂ ਪੜ੍ਹਦੇ ਨੇ। ਜੇ ਕਈ ਸਹਿਜ ਪਾਠ ਕਰਦਾ ਵਾ ਹੈ ਨਾ, ਰੋਜ਼ ਦੇ 20 ਅੰਗ 30 ਅੰਗ ਕਰਦੇ, ਜੇ 2 ਕਰ ਲਓ 1 ਕਰ ਲਓ, ਪਰ ਉਹਨੂੰ ਨਾਲ ਕੋਈ ਟੀਕੇ ਰੱਖੋ ਉਹਨੂੰ ਸਮਝੋ ਵੀ, ਜਾਂ ਠੀਕ ਆ ਉਦੋਂ 30 ਕਰ ਲਓ ਨਾਲ 10-20 ਮਿੰਟ ਰੱਖੋ ਵੱਖਰੇ ਵੀ ਉਹ 'ਚ ਗੁਰਬਾਣੀ ਦੀ ਸਮਝਣੀ, ਸਵੇਰੇ ਸਵੇਰੇ ਗੁਰਬਾਣੀ ਦੇ 10 ਅੰਗ ਪੜ੍ਹ ਲਏ, ਸ਼ਾਮਾਂ ਨੂੰ ਟਾਈਮ ਕੱਢਿਆ ਅਤੇ ਉਹਨਾਂ ਨੂੰ ਸਮਝ ਲਿਆ ਵੀ ਗੁਰਬਾਣੀ ਦੇ ਅਸੀਂ ਅੰਗ ਤਾਂ 10 ਪੜ੍ਹ ਗਏ ਪਰ ਅੰਗਾਂ 'ਚ 10 'ਚ ਕਹਿਣਾ ਕੀ ਕੀਤਾ, ਜੇ 100 ਅੰਗ ਪੜ੍ਹ ਗਏ ਹਾਂ ਤਾਂ ਸਮਝ 1 ਦੀ ਨਹੀਂ ਲੱਗੀ ਅਤੇ ਉਹ ਫਾਇਦਾ ਥੋੜ੍ਹਾ ਕੋਈ। ਇੱਕ ਵਾਰੀ ਗੁਰਬਾਣੀ, 1 ਵਾਰੀ 2 ਵਾਰੀ 3 ਵਾਰੀ ਜ਼ਿੰਦਗੀ ਜ਼ਰੂਰ ਅਰਥ ਪੜ੍ਹੋ ਗੁਰੂ ਗ੍ਰੰਥ ਸਾਹਿਬ ਦੇ, ਅਸੀਂ ਜੀ ਕਹਿ ਰਹੀ ਅਸੀਂ ਬੜੇ ਅਰਥ ਜਾਣਦੇ ਨਹੀਂ ਜਾਣਦੇ ਜ਼ਿਆਦਾ, ਠੀਕ ਆ ਸ਼ੁਰੂ ਕੀਤਾ ਸਾਰਿਆਂ ਨੂੰ ਕਹੀਦਾ ਵੀ ਕਰੋ, ਠੀਕ ਆ 1 ਅੰਗ ਪੜ੍ਹੋ 2 ਅੰਗ ਪੜ੍ਹੋ ਹੈ ਨਾ 10 ਅੰਗ ਪੜ੍ਹੋ ਉਹਨੂੰ ਸਮਝ ਲਓ, ਮੁੜ ਕੇ ਜਦੋਂ ਇੱਕ ਵਾਰੀ ਜ਼ਿੰਦਗੀ ਸਮਝ ਆਉਣੀ ਸ਼ੁਰੂ ਹੋ ਗਈ, ਮੁੜ ਕੇ ਜਦੋਂ ਦੂਜੀ ਵਾਰ ਪੜ੍ਹਾਂਗੇ ਸਾਨੂੰ ਪਤਾ ਹੋਣਾ ਵਾ, ਥੋੜ੍ਹਾ ਤੀਜੀ ਵਾਰ ਹੋਰ ਵੱਧ ਪਤਾ ਲੱਗਣਾ ਵਾ, ਜ਼ਿੰਦਗੀ 'ਚ ਬੜੀ ਸੋਝੀ ਜਾਂਦੀ ਆ ਤਾਂ ਫਿਰ ਪਤਾ ਲੱਗਣਾ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਮਝਾਉਣਾ ਕੀ ਕੀਤਾ ਵਾ, ਐਵੇਂ ਰੱਟਿਆਂ 'ਚ ਵਿੱਚ ਕੁਛ ਨਹੀਂ ਪਤਾ ਲੱਗਣਾ ਵੀ 108 ਪੜ੍ਹ ਗਏ 120 ਭਾਵੇਂ 108 ਭਾਵੇਂ 1008 ਪੜ੍ਹ ਲਓ ਪਤਾ ਕੁਛ ਨਹੀਂ ਲੱਗਣਾ ਜਿੰਨਾ ਚਿਰ ਸਮਝ ਕੋਈ ਨਾ, ਅਤੇ ਇੱਕ ਵਾਰੀ ਸਮਝ ਲੱਗ ਗਈ ਨਾ ਤਾਂ ਮੁੜ ਕੇ ਇੱਕ ਵੀ ਉਹ 108 ਵਰਗਾ ਹੀ ਹੋਣਾ, ਮੁੜ ਕੇ ਭਾਵੇਂ ਜਿੰਨੇ ਮਰਜ਼ੀ ਪੜ੍ਹਿਓ, ਗੁਰਬਾਣੀ ਕੋਈ ਪੜ੍ਹਨ ਤੋਂ ਨਹੀਂ ਮਨਾ ਕਰਦਾ, ਬਸ ਜੇ ਕਿਤੇ ਧਿਆਨ ਨਾਲ ਵੇਖੋਗੇ ਨਾ ਕਈ ਵਿਚਾਰ ਕਰਦੇ ਨਹੀਂ 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 ਵੱਧ ਪੜ੍ਹਨੀ ਚਾਹੀਦੀ ਹੈ ਰਾਸ ਰਾਸ ਹੈ ਨਾ ਵੱਧ ਪੜ੍ਹਾਂਗੇ ਤਾਂ ਮਜ਼ਾ ਆਊ, ਗੁਰਬਾਣੀ ਵੱਧ ਤੋਂ ਵੱਧ ਜਿਹਨੂੰ ਜਿੰਨੀ ਭੁੱਖ ਲੱਗੀ, ਉਦਾਹਰਨਾਂ ਜਿੰਨੀਆਂ ਮਰਜ਼ੀ ਦੇਈ ਜਾਓ ਭੁੱਖਾਂ ਵਾਲੀਆਂ ਵੀ ਜਿੰਨੀ ਭੁੱਖ ਲੱਗੀ ਉਨੀ ਹੈ ਨਾ ਉਨੀ ਵੱਧ ਰੋਟੀ ਖਾਓ, ਅਤੇ ਰੋਟੀ ਸਰੀਰ 'ਚ ਪਚਣੀ ਵੀ ਜ਼ਰੂਰੀ ਆ, ਰੋਟੀਆਂ ਅੰਦਰ ਸੁੱਟੀ ਜਾਣੀਆਂ ਤਾਂ ਫਿਰ ਪਚਣਗੀਆਂ ਤਾਂ ਫਿਰ ਹੀ ਕੁਛ ਬਣੂਗਾ, ਚਰਬੀ ਬਣ ਜਾਣੀ ਨਹੀਂ ਤਾਂ ਰੋਗ ਹੀ ਪੈਦਾ ਹੋਣੇ, ਹੰਕਾਰ ਹੀ ਪੈਦਾ ਹੋਣਾ ਵੀ 108 ਪੜ੍ਹ ਗਿਆ ਵਾ, ਫਿਰ ਲੋਕਾਂ ਦਾ ਮੈਂ 108 ਮੈਂ ਅਸੀਂ ਵੀ ਬੜਾ ਚਿਰ ਬਾਣੀ ਪੜ੍ਹਦੇ ਰਹੇ ਹਾਂ, ਹੰਕਾਰ ਹੀ ਪੈਦਾ ਹੁੰਦਾ ਮਨ 'ਚ, ਕੋਈ ਆ ਵੀਰ ਭੈਣ ਜਿਹੜਾ ਪਚਾ ਜਾਂਦਾ ਵਾ।
ਥੋੜ੍ਹੀ ਪੜ੍ਹ ਲਓ, ਸਮਝ ਲਓ, ਮੁੜ ਕੇ ਭਾਵੇਂ ਜਿੰਨੀ ਮਰਜ਼ੀ ਪੜ੍ਹ ਲੈ ਪਿਓ, ਉਦਾਹਰਨਾਂ 'ਤੇ ਜਿੰਨੀਆਂ ਮਰਜ਼ੀ ਦੇ ਕੇ ਜਿੱਧਰ ਨੂੰ ਮਰਜ਼ੀ ਗੱਲ ਲੈ ਜਾਈਦੀ, ਉਦਾਹਰਨਾਂ ਦੀ ਗੱਲ ਨਹੀਂ ਹੁੰਦੀ। ਰੋਟੀ ਦਾ ਪਚਣਾ, ਬਾਣੀ ਦਾ ਸਮਝਣਾ, ਸਮਝਿਆ ਕਰੋ ਗੁਰਬਾਣੀ। ਇੱਕ ਵਾਰੀ ਸਮਝ ਕੇ ਨਾ ਗੁਰਬਾਣੀ ਅੱਜ ਪੜ੍ਹ ਲਓ, ਸਮਝ ਲਓ, ਉਹ ਤੋਂ ਬਾਅਦ ਭਾਵੇਂ 108 ਕਰਿਓ, ਭਾਵੇਂ 1008 ਕਰਿਓ, ਕੋਈ ਨਹੀਂ ਕੁਛ ਕਹਿੰਦਾ, ਪਰ ਗੁਰਬਾਣੀ ਨੂੰ ਸਮਝਣਾ ਜ਼ਰੂਰੀ ਆ। ਥੋੜ੍ਹੀ ਥੋੜ੍ਹੀ ਕੋਸ਼ਿਸ਼ ਕਰਾਂਗੇ ਲੜੀਵਾਰ 'ਚ ਜਿੰਨੇ ਵੀ ਪੰਕਤੀ ਦੀ ਵਿਚਾਰ ਆਉਂਦੀ ਆ ਮਨ 'ਚ ਅਤੇ ਸਾਂਝੀ ਕਰਨ ਦੀ। ਅਤੇ ਜੇ ਕਿਸੇ ਨੂੰ ਸ਼ਕਲ 'ਤੇ ਕੋਈ ਇਤਰਾਜ਼ ਹੈ ਤਾਂ ਮੇਰਾ ਵੀਰ ਭੈਣ ਭਰਾ ਹੋਰ ਕਿਸੇ ਚੰਗੇ ਕਥਾਵਾਚਕ ਨੂੰ ਸੁਣ ਸਕਦਾ। ਗੁਰਬਾਣੀ ਦੀ ਕਥਾ ਜ਼ਰੂਰ ਸੁਣਿਆ ਕਰੋ, ਸਮਝਿਆ ਕਰੋ, ਆਪ ਪੜ੍ਹਿਆ ਕਰੋ, ਵਿਚਾਰਿਆ ਕਰੋ। ਜੇ ਘਰ 'ਚ ਅਖੰਡ ਪਾਠ ਸਾਹਿਬ ਰੱਖਦੇ ਰਖਾਉਂਦੇ ਜੇ ਨਾ, ਅਤੇ ਵਿੱਚ ਕੋਸ਼ਿਸ਼ ਕਰਿਆ ਕਰੋ ਆਪ ਵੀ ਬਾਣੀ ਪੜ੍ਹੋ। ਪਹਿਲਾਂ ਪਾਠੀਆਂ ਦਾ ਠੇਕਾ ਨਹੀਂ ਹੁੰਦਾ, ਉਹ ਪਿਆਰ ਮੁਹੱਬਤ ਦੇ ਪੈਸੇ ਹੁੰਦੇ ਆ, ਉਹ ਰੱਬ ਨਾਲ ਪਿਆਰ ਆ, ਅਤੇ ਆਪ ਵੀ ਪੜ੍ਹ ਲਿਆ ਕਰੋ ਅਤੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਨਾ ਕਿ ਰੱਟੇ ਮਾਰਨ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।